ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਜ਼ਰੂਰੀ ਖਬਰ 2000 ਦੇ ਨੋਟ ਬਦਲਣ ਦਾ ਆਖਰੀ ਦਿਨ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਤੇ ਵੀਡੀਓ ਨੂੰ ਆਤ ਤੋਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਭਾਰਤ ਇਜ਼ ਅ ਬੈਂਕ ਦੇ ਗਵਰਨਰ ਸ਼ਕਤੀ ਕਾਂਦਾਸ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਚਲਣ ਤੋਂ ਹਟਾਏ ਗਏ 2000 ਰੁਪਏ ਦੇ ਨੋਟਾਂ 'ਚ 87 ਫੀਸਦੀ ਬੈਂਕ 'ਚ ਜਮਾ ਦੇ ਰੂਪ 'ਚ ਵਾਪਸ ਆ ਗਏ ਨੇ ਹਾਰ 2 ਮਹੀਨਿਆਂ ਬਾਅਦ ਹੋਣ ਵਾਲੀ ਮੁਦਰਾ ਨੀਤੀ ਸਮੀਖਿਆ ਦੇ ਐਲਾਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਤੋਂ ਬੋਧਨ ਕਰਦੇ ਹੋਏ ਦਾਸ ਨੇ ਕਿਹਾ ਹੈ ਕਿ 19 ਮਈ 2023 ਤੱਕ ਚਲਨ ਜੋ 2000 ਰੁਪਏ ਦੇ 3.5 ਲੱਖ ਕਰੋੜ ਰੁਪਏ ਦੇ ਨੋਟਾਂ 'ਚ 12000 ਕਰੋੜ ਰੁਪਏ ਹਜੇ ਵੀ ਵਾਪਸ ਨਹੀਂ ਆਏ। RBI ਨੇ ਪਿਛਲੇ ਸ਼ਨੀਵਾਰ ਨੂੰ ਕਿਹਾ ਸੀ ਕਿ 29 ਸਤੰਬਰ ਆਖਰੀ ਤਾਰੀਖ ਹੈ ਜਦ ਤੱਕ 14000 ਕਰੋੜ ਰੁਪਏ ਵਾਪਸ ਹੋਣੇ ਨੇ ਕੇਂਦਰੀ ਬੈਂਕ ਨੇ ਨੋਟ ਵਾਪਸ ਕਰਨ ਦੀ ਹੱਦ ਇੱਕ ਹਫ਼ਤੇ ਲਈ ਹੋਰ ਵਧਾ ਦਿੱਤੀ ਹੈ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ